ਤੁਸੀਂ ਦੇਖ ਰਹੇ ਹੋ ਮਾਲਬੈਮੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ। ਪਟਿਆਲਾ ਵਿਖੇ ਪਿਛਲੇ ਦਿਨੀ ਹੋਏ ਇੱਕ ਕਤਲ ਨੂੰ ਸੁਲਝਾ ਲਿਆ ਗਿਆ ਤੇ ਐਸਐਸਪੀ ਪਟਿਆਲਾ ਪ੍ਰੈਸ ਵਾਰਤਾ ਕਰ ਰਹੇ ਨੇ। ਕਤਲ ਦੇ 5 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਐਸਐਸਪੀ ਪਟਿਆਲਾ ਪ੍ਰੈਸ ਵਾਰਤਾ ਦੇ ਵਿੱਚ ਪੂਰੀ ਜਾਣਕਾਰੀ ਦੇ ਰਹੇ ਨੇ। ਆ ਜਾਓ ਤੁਸੀਂ ਵੀ ਸੁਣ ਲਓ। ਪੰਜੋ ਬੀਜੀਪੀ ਪੰਜਾਬ ਅਤੇ ਆਈਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਜਿਹੜੀ ਆ ਉਹ ਬੜੀ ਸਰਗਰਮੀ ਨਾਲ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਅਸੀਂ ਸਪੈਸ਼ਲ ਮੁਹਿੰਮ ਚਲਾਈ ਹੋਈ। ਉਸ ਦੇ ਮੁਤਲਕ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ 23-24 ਅਪ੍ਰੈਲ ਦੀ ਦਰਮਿਆਨੀ ਰਾਤ ਅਨਿਲ ਅਤੇ ਨਕੁਲ ਨਾਮ ਦੇ ਦੋ ਨੌਜਵਾਨਾਂ ਦਾ ਬੱਸ ਸਟੈਂਡ ਦੇ ਨੇੜੇ ਦੇਰ ਰਾਤ ਕਤਲ ਕਰ ਦਿੱਤਾ ਗਿਆ ਸੀ ਤੇਜ਼ ਧਾਰ ਹਥਿਆਰਾਂ ਦੇ ਨਾਲ। ਇਮੀਡੀਏਟਲੀ ਐਸਪੀ ਸਿਟੀ ਸਰਫਰਾਜ਼ ਆਲਮ, ਐਸਪੀ ਡੀ ਹਰਬੀਰ ਅਟਵਾਲ, ਡੀਐਸਪੀ ਸਿਟੀ 1 ਸੰਜੀਵ ਸਿੰਗਲਾ, ਇੰਚਾਰਜ CIA ਪਟਿਆਲਾ ਸ਼ਮਿੰਦਰ ਸਿੰਘ ਅਤੇ SHO ਲਾਹੌਰ ਈਗੇਟ ਦੀ ਟੀਮਾਂ ਜਿਹੜੀਆਂ ਨੇ ਉਹ ਮੌਕੇ 'ਤੇ ਪਹੁੰਚੀਆਂ ਅਤੇ ਬੜੀ ਸਰਗਰਮੀ ਨਾਲ ਅਸੀਂ ਕਤਲ ਦੇ ਦੋਸ਼ੀਆਂ ਦੀ ਭਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ। ਅੱਜ 5 ਦੋਸ਼ੀ ਜਿਹੜੇ ਆ ਜਿਨ੍ਹਾਂ ਨੇ ਵਰਨਾ ਗੱਡੀ 'ਚ ਆ ਕੇ ਕਤਲ ਕੀਤਾ ਸੀ, ਜਿਨ੍ਹਾਂ 'ਚੋਂ ਨੇਗੀ ਆਪਣਾ ਜਤਿਨ, ਰਾਹੁਲ, ਅਸ਼ਵਿਨੀ ਅਤੇ ਅਸ਼ੋਕ, ਇਹ 5 ਦੋਸ਼ੀ ਅਸੀਂ ਰਾਊਂਡਅਪ ਕੀਤੇ। 5 ਦੋਸ਼ੀਆਂ ਨੇ ਕਤਲ ਦੀ ਇਹ ਵਾਰਦਾਤ ਕਬੂਲੀ ਹੈ। ਵਰਨਾ ਗੱਡੀ ਵੀ ਜਿਹੜੀ ਆ ਸਾਨੂੰ ਰਿਕਵਰ ਹੋ ਗਈ ਹੈ ਅਤੇ ਕੁਛ ਸਾਲ ਪਹਿਲਾਂ ਜਿਹੜੇ ਇਹ 2 ਮ੍ਰਿਤਕ ਸੀਗੇ ਇਹਨਾਂ ਦਾ ਇਹ ਜਿਹੜੇ ਕਾਤਿਲ ਨੇ ਉਹਨਾਂ 'ਚੋਂ ਇੱਕ ਕਾਤਿਲ ਨਾਲ ਹੋਲੀ ਦੇ ਤਿਉਹਾਰ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ। ਉਦੋਂ ਤੋਂ ਹੀ ਇਹਨਾਂ ਦੀ ਆਪਸੀ ਰੰਜਿਸ਼ ਚੱਲਦੀ ਸੀ ਅਤੇ 23-24 ਅਪ੍ਰੈਲ ਦੀ ਦਰਮਿਆਨੀ ਰਾਤ ਬੜੀ ਬੇਰਹਿਮੀ ਨਾਲ ਤੇਜ਼ ਧਾਰ ਹਥਿਆਰਾਂ ਨਾਲ ਇਹਨਾਂ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਡਬਲ ਮਰਡਰ ਕੇਸ ਸੀਗਾ। ਅਸੀਂ ਇਹ ਬਲਾਈਂਡ ਮਰਡਰ ਟਰੇਸ ਕਰਕੇ ਜਿਹੜੇ 5 ਦੋਸ਼ੀ ਨੇ ਉਹ ਅਰੈਸਟ ਕਰ ਲਏ ਆ। ਇੱਕ ਜਿਹੜਾ ਐਕਿਊਜ਼ ਦੇ ਵਿੱਚ ਰਹਿੰਦਾ ਆ ਉਹ ਵੀ ਬਹੁਤ ਛੇਤੀ ਅਰੈਸਟ ਕਰ ਲਿਆ ਜਾਊਗਾ। ਜਿਹੜੇ 5 ਦੋਸ਼ੀ ਨੇ ਇਹਨਾਂ ਦਾ ਵੀ ਕ੍ਰਿਮੀਨਲ ਪਿਛੋਕੜ ਵਾਲਾ। 5 ਦੋਸ਼ੀਆਂ 'ਚੋਂ ਯੋਗੇਸ਼ ਨੇਗੀ, ਜਤਨ ਕੁਮਾਰ, ਰਾਹੁਲ, ਅਸ਼ਵਿਨੀ ਅਤੇ ਅਸ਼ੋਕ, ਇਹਨਾਂ 'ਤੇ ਇਰਾਦਾ ਕਤਲ ਦੇ ਲੜਾਈ ਝਗੜੇ ਦੇ ਪਹਿਲਾਂ ਵੀ ਮੁਕੱਦਮੇ ਦਰਜ ਹੈਗੇ। ਇਸ ਦੇ ਨਾਲ ਹੀ ਪਿਛਲੇ 5 ਮਹੀਨਿਆਂ 'ਚ ਅਰਾਊਂਡ ਜਿਹੜੇ 9 ਤੋਂ 10 ਬਲਾਈਂਡ ਮਰਡਰ ਸਾਡੇ ਸੀਗੇ ਉਹ ਸਾਰੇ ਟਰੇਸ ਹੋ ਗਏ ਆ ਅਤੇ ਕੋਈ ਵੀ ਬਲਾਈਂਡ ਮਰਡਰ ਜਿਹੜਾ ਆ ਉਹ ਅਨਟਰੇਸ ਪਟਿਆਲਾ ਜ਼ਿਲ੍ਹੇ 'ਚ ਨਹੀਂ ਹੈ। ਇਹਨਾਂ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਇਹਨਾਂ ਦੀ ਆਪਸੀ ਰੰਜਿਸ਼ ਸੀਗੀ। 2-3 ਸਾਲ ਪਹਿਲਾਂ ਇਹਨਾਂ ਦੀ ਆਪਸੀ ਲੜਾਈ ਹੋਈ ਸੀ ਹੋਲੀ ਦੇ ਫੈਸਟੀਵਲ ਨੂੰ ਲੈ ਕੇ। ਉਸ ਤੋਂ ਬਾਅਦ ਹੀ ਮਤਲਬ ਦੋਨੇ ਧਿਰਾਂ ਦੇ ਵਿਚਕਾਰ ਰੰਜਿਸ਼ ਬਣ ਗਈ ਸੀ ਅਤੇ ਉਸ ਦਿਨ ਜਦੋਂ ਇਹ ਆਹਮੋ ਸਾਹਮਣੇ ਹੋਏ ਅਤੇ 5 ਦੋਸ਼ੀਆਂ ਨੇ ਆਪਣੀ ਗਿਣਤੀ ਜ਼ਿਆਦਾ ਹੋਣ ਦਾ ਫਾਇਦਾ ਚੁੱਕ ਕੇ ਇਹ ਦੋਨੇ ਮੁੰਡਿਆਂ ਦਾ, ਅਨਿਲ ਅਤੇ ਨਕੁਲ ਦਾ, ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ।